बिस्मिल्लाहिर्रहमानिर्रहीम। अस्सलाम वालेकुम मेरे दोस्तों, क्या हाल चाल है। मैं उम्मीद करता हूँ आप बिल्कुल खैर खरीय से होंगे। अल्लाह पाक आप लोगों को खुश रखे, आबाद रखे, दुनिया का कोई गम ना वेखो। तो यूट्यूब चैनल पर अपना सरगोदा हाजिर होए। तो अज असी बना लगे हाँ जी एक छोटी जी रैसपी है जी, रसगुल्ले बनावे असी, बना के तुम दिखावे कि रसगुल्ले किस तरह बनाई देन। तो आओ हम वीडियो शुरू कर दें। अगर वीडियो लंबी हो गई तो तुम अधूरा काम छोड़ दोगे, तो वीडियो कंप्लीट वॉच किया करो ताकि साड़ी भी कोई हौसला अफजाई हो, अल्लाह पाक दुआ भी खुश रखे। इसी तरह प्यार मुहब्बत नाल तुसी जुड़े रहो, तो इंशाल्लाह चलते चलते कहीं ना कहीं तो मंजिल मिल ही जाए। वीडियो अपनी शुरू करते हैं और कांची में दिखाने हैं। 200 ग्राम तुसे चीनी ले लेनी, 3 से 4 चमचे नींबू दा रस यानी कि लैमन का, 1 लीटर तुसी दूध ले लेना। दूध नूं उबाला अच्छी तरह दबा लेना, पहले बिल्कुल दूध उबलता हो। दूध साडा उबल गया, इहदे विच लैमन का 1-1 चमचा और नाल नाल असी इहनूं हलंदे मिसाई गए। बस करो लो जी, दूध साडा फट गया है, तुसी वेख सकदे हो। असी बंद करा कैमरा नज़दीक करके दिखाने हां, दूध साडा बिल्कुल फट गया। इस तरह एक मलमल का कपड़ा ले लेना, साफ सुथरा जहा, अच्छी वाली मलमल हो। तो एक बर्तन ले लेना, इस तरह ये उत्ते पा लेना, वो अच्छी तरह जनाब तुसी भुन लेना, इस तरह बिल्कुल अच्छी तरह। इस तरह जनाब इन इसमें खोल लेसांगे, ठीक हो गया। इस तरह बिल्कुल जरा गर्म बड़ा होंगे, जरा ध्यान ला, थोड़ी देर असी इन रख देसांगे। उस तो अलावा असी इतनी देर चास इसकी तैयार कर लेसा। तो जी घर की चाह वाली प्याली होंगी, पौनी प्याली तुसी ले लेनी, 1 लीटर दूध की अगर तुसी चास बना रहे हो। तो ਇੰਡੀ ਚਾਸ਼ਨੀ ਵੀ ਆਉਂਦੇ ਜੀ ਸਾਡੇ ਪੰਜਾਬੀ ਜ਼ਬਾਨ ਹੈਗੀ ਚਾਸ। ਇਸ ਤਰ੍ਹਾਂ ਚੁੱਲ੍ਹਾ ਤੇਜ਼ ਕਰਾਂਗੇ ਅਸੀਂ, ਅੱਛੀ ਤਰ੍ਹਾਂ ਪੱਕ ਹੋਈ ਸੀ। ਚਾਸ ਸਾਡੀ ਤਿਆਰ ਹੋ ਗਈ ਹੈ, ਇਹ ਵੇਖ ਸਕਦੇ ਹੋ ਬਿਲਕੁਲ ਜਿਹੜਾ ਦੁੱਧ ਅਸੀਂ ਫਟਾਇਆ ਅਸੀਂ ਇਹਨੂੰ, ਇਹ ਠੰਡਾ ਹੋ ਗਿਆ, ਅਸੀਂ ਇਹਨੂੰ ਧੋ ਲਵਾਂਗੇ। ਇਸ ਤਰ੍ਹਾਂ ਅੱਛੀ ਤਰ੍ਹਾਂ ਧੋ ਕੇ ਅਤੇ ਅੱਛੀ ਤਰ੍ਹਾਂ ਇਹਨੂੰ ਨਚੋੜਾਂਗੇ, ਇਹਦੇ 'ਚੋਂ ਪਾਣੀ ਸਾਰਾ ਕੱਢ ਲਿਸਾਂ। ਇਸ ਤਰ੍ਹਾਂ ਹੁਣ ਅਸੀਂ ਜਨਾਬ ਤੁਹਾਨੂੰ ਵਿਖਾਉਂਦੇ ਹਾਂ ਕਿ ਜਿਹੜਾ ਅਸੀਂ ਦੁੱਧ ਫੈਂਟਿਆ ਆਇਆ ਜੀ, ਇਹ ਦੇਖੋ ਅਗਲਾ ਹੱਲ ਵੀ ਅਸੀਂ ਤੁਹਾਨੂੰ ਦੁੱਧ ਸਿਰਨੇ ਹਾਂ ਜੀ, ਤਿਆਰ ਨਹੀਂ ਹੋਏ ਖੁਸ਼ ਨਾ ਹੋਣਾ। ਇਹ ਦੇਖੋ ਇਹਨਾਂ ਨੂੰ ਇਸ ਤਰ੍ਹਾਂ ਜਨਾਬ ਕਰ ਲੈਣਾ, ਇਸ ਤਰ੍ਹਾਂ ਇਹਨੂੰ ਬਿਲਕੁਲ ਇਸ ਤਰ੍ਹਾਂ ਐਮਰੋੜੀ ਇਹਦੀ ਜਿਹੜੀ ਨਾ, ਇਹ ਤੁਸੀਂ ਪਾਣੀ ਇਹ ਦੇਖ ਰਹੇ ਹੋ ਬਿਲਕੁਲ ਮੇਰੇ ਯਾਰਾਂ ਦੋਸਤੋਂ, ਇਸ ਤਰ੍ਹਾਂ ਇਹ ਜਨਾਬ ਬਣ ਗਈ ਸੀ। ਇਸ ਤਰ੍ਹਾਂ ਬਣਾ ਕੇ ਅਤੇ ਜਿੰਨਾ ਸਾਈਜ਼ ਤੁਸੀਂ ਰੱਖਣਾ ਚਾਹੋ ਉਹ ਤੁਸੀਂ ਰੱਖ ਸਕਦੇ ਹੋ। ਜਦੋਂ ਦੁੱਧ ਫਟ ਰਿਹਾ ਹੋਵੇ ਤਾਂ ਤੁਸੀਂ ਫਲੇਵਰ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਤੁਹਾਡਾ ਦਿਲ ਕਰੇ। ਇਹ ਦੇਖੋ ਇਹ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਸੁਥਰੀ ਚੀਜ਼ ਬਣ ਰਹੀ ਹੈ। ਇਹ ਦੇਖੋ ਇਹਦੇ 'ਚ ਬਾਵਾਂ ਇਸ ਤਰ੍ਹਾਂ ਲੰਮੇ ਬਣਾ ਲਓ ਅਤੇ ਜਾਂ ਗੋਲ ਬਣਾ ਲਓ। ਇਹ ਦੇਖੋ ਇਸ ਤਰ੍ਹਾਂ ਅਸੀਂ ਉਹਦੇ ਵਿੱਚ ਸਾਰੇ ਬਣਾ ਕੇ ਰੱਖੀ ਉਸ ਸਾਂਗ। ਮੈਂ ਦੇਖ ਲਿਆ ਇਹ ਬਿਲਕੁਲ ਸਾਡੇ ਤਿਆਰ ਹੋ ਗਏ ਨੇ, ਭਾਵੇਂ ਗੋਲ ਵੱਲ ਲਓ ਭਾਵੇਂ ਲੰਮੇ ਵੱਲ ਲਓ, ਇਹ ਤੁਹਾਡੀ ਆਪੇ। ਅਸੀਂ ਪਿਆਲੀ ਦੇ ਵਿੱਚ ਪਾਏ ਨਾ, ਠੀਕ ਹੈ ਕਿ ਜਿੰਨੀ ਚੀਜ਼ ਹੋਵੇ ਇਤਨਾ ਹੀ ਬਰਤਨ ਵੀ ਇਸਤੇਮਾਲ ਕਰਨਾ ਚਾਹੀਦਾ, ਠੀਕ ਹੈ। ਇਹਦੇ ਵਿੱਚ ਅਸੀਂ ਹੁਣ ਚਾਸ ਪਾਵਾਂਗੇ, ਚਾਸ ਜਿਹੜੀ ਆਈ ਉਹਨੂੰ ਅਸੀਂ ਥੋੜ੍ਹੀ ਦੇਰ ਠੰਡਾਉਣ ਲਈ ਰੱਖ ਦਿੱਤਾ ਜੀ। ਇਹ ਜਨਾਬ ਅਸੀਂ ਚਾਸ ਪਾਉਣ ਲੱਗੇ ਹਾਂ, ਇਹ ਵੇਖ ਲਓ ਸਾਡੀ ਚਾਸ ਠੰਡੀ ਹੋ ਗਈ ਜੀ। ਇਹ ਦੇਖੋ ਇਹਦੇ ਅਸੀਂ ਉੱਤੇ ਪਾ ਦਿੱਸਾਂ, ਇਸ ਤਰ੍ਹਾਂ ਠੀਕ ਹੋ ਗਿਆ। ਲਓ ਜੀ ਰਸਗੁੱਲੇ ਸਾਡੇ ਤਿਆਰ ਹੋ ਗਏ ਬਿਲਕੁਲ, ਇਹ ਤੁਸੀਂ ਦੇਖ ਸਕਦੇ ਹੋ। ਵੀਡੀਓ ਪਸੰਦ ਲੱਗੇ ਤਾਂ ਲਾਈਕ ਕਰਨਾ, ਸ਼ੇਅਰ ਕਰਨਾ, ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਵੀ ਕਰਨਾ। ਅੱਲਾ ਪਾਕ ਆਪ ਲੋਕੋ ਕੋ ਖੁਸ਼ ਰੱਖੇ, ਰੱਬ ਸੋਹਣੇ ਦੇ ਹਵਾਲੇ।